ਫਾਜ਼ਿਲਕਾ ਸਮਾਚਾਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਵਿਧਾਨ ਸਭਾ ਹਲਕਾ ਨਕੋਦਰ ਵਿੱਚ ਪੈਂਦੇ ਪਿੰਡ ਸੱਗੋਵਾਲ ਵਿਖੇ ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸਰਦਾਰ ਦਵਿੰਦਰ ਸਿੰਘ ਸੱਗੋਵਾਲ ਜੀ ਪਾਰਟੀ ਵੱਲੋਂ ਤਲਵਣ ਬਲਾਕ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸਰੂਪ ਸਿੰਘ ਕਢਿਆਣਾ ਪ੍ਰਧਾਨ ਜ਼ਿਲ੍ਹਾ ਜਲੰਧਰ ਧਿਆਤੀ ਰਾਹੀਂ ਦਿੱਤੀ ਗਈ। ਇਸ ਮੌਕੇ ਰੋਣਾ ਤੋਂ ਇਲਾਵਾ ਚੇਤਨ ਗੁਲਜ਼ਾਰ ਸਿੰਘ ਜੋਸਨ ਨਗਰ ਹਾਜ਼ਰ ਸਨ। ਗੁਰਬਚਨ ਸਿੰਘ, ਗੋਪਾਲ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਆਦਿ ਜਿਹਨੇ ਜੁਆਇਨ ਕੀਤਾ। ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਸੰਗੋਵਾਲ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਜੀ ਹੁਣਾਂ ਨੇ ਲੋਕ ਇਨਸਾਫ਼ ਪਾਰਟੀ ਨੂੰ ਜੁਆਇਨ ਕੀਤਾ। ਲੋਕ ਇਨਸਾਫ਼ ਪਾਰਟੀ ਨੇ ਇਹਨਾਂ ਦੀਆਂ ਪਹਿਲੀਆਂ ਜਿੰਨੀਆਂ ਕਾਰਗੁਜ਼ਾਰੀਆਂ ਗਤੀਵਿਧੀਆਂ ਸਨ, ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਮਿਹਨਤ ਦੇ ਨਾਲ ਕੰਮ ਕੀਤਾ ਹੋਇਆ। ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦਿਆਂ ਹੋਇਆ ਤਲਵਣ ਬਲਾਕ ਦੀ ਮੁੱਖ ਸੇਵਾਦਾਰੀ, ਤਲਵਣ ਬਲਾਕ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਅਸੀਂ ਇਹਨਾਂ ਦੇ ਮੋਢਿਆਂ 'ਤੇ ਪਾਈ ਹੈ। ਪਰਮਾਤਮਾ ਕਿਰਪਾ ਕਰੇ ਕਿ ਲੋਕ ਇਨਸਾਫ਼ ਪਾਰਟੀ ਦਾ ਸੁਨੇਹਾ ਇੱਕ ਘਰ ਘਰ ਲੈ ਕੇ ਜਾਣ ਅਤੇ ਆਉਣ ਵਾਲੀ 19 ਤਰੀਕ ਨੂੰ ਜਿਹੜੀ ਇਲੈਕਸ਼ਨ ਹੈ ਉਸ ਇਲੈਕਸ਼ਨ ਦੇ ਵਿੱਚ ਇਹ ਆਪਣੇ ਵੱਲੋਂ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਸ਼੍ਰੀਮਾਨ ਬਲਵਿੰਦਰ ਕੁਮਾਰ ਉਹਨਾਂ ਦੇ ਹੱਕ ਵਿੱਚ ਵੱਧ ਚੜ੍ਹ ਕੇ ਪ੍ਰਚਾਰ ਕਰਨਗੇ, ਉਹਨਾਂ ਦਾ ਸਾਥ ਦੇਣਗੇ। ਸਾਡੀ ਲੋਕ ਇਨਸਾਫ਼ ਪਾਰਟੀ ਜਿਹੜੀ ਹੈ ਉਹ ਗਰੀਬ ਲੋਕਾਂ ਦੀ ਪਾਰਟੀ ਹੈ, ਲੋੜਵੰਦ ਲੋਕਾਂ ਦੇ ਨਾਲ ਖਲੋਣ ਵਾਲੀ ਪਾਰਟੀ ਹੈ, ਇਨਸਾਫ਼ ਕਰਨ ਵਾਲੀ ਪਾਰਟੀ ਹੈ। ਸੋ ਇਹ ਸਾਡੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਇਹਨਾਂ ਨੇ ਲੋਕ ਇਨਸਾਫ਼ ਪਾਰਟੀ ਨੂੰ ਪਸੰਦ ਕਰਦਿਆਂ ਹੋਇਆ ਚੁਆਇਸ ਕੀਤਾ ਅਤੇ ਅਸੀਂ ਆਪਣੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਅਤੇ ਨਾਲ ਭਰੋਸਾ ਦਵਾਇਆ ਕਿ ਇਹਨਾਂ ਦਾ ਪਾਰਟੀ ਦੀ ਸਾਰੀ ਲੀਡਰਸ਼ਿਪ ਦੇ ਅੰਦਰ ਪੂਰਾ ਮਾਣ ਸਤਿਕਾਰ ਰਹੇਗਾ, ਇੱਜ਼ਤ ਮਾਣ ਰਹੇਗਾ। ਇਹਨਾਂ ਦੇ ਦਿੱਤੇ ਹੋਏ ਜਿਹੜੇ ਕੰਮ ਨੇ ਸਾਡੇ ਕੋਲ ਆਉਣਗੇ, ਵੀ ਆਹ ਕੰਮ ਪਬਲਿਕ ਦੇ ਕਰਨ ਵਾਲੇ ਆ, ਜਿਹੜੇ ਜਿਹੜੇ ਇਹ ਕੰਮ ਸਾਡੇ ਕੋਲ ਲੈ ਕੇ ਆਉਣਗੇ, ਮੈਂ ਆਪਣੇ ਵੱਲੋਂ ਜ਼ਿਲ੍ਹਾ ਜਲੰਧਰ ਦਾ ਮੁੱਖ ਸੇਵਾਦਾਰ ਹੋਣ ਨਾਤੇ ਆਪਣੇ ਵੱਲੋਂ ਵੀ ਯਤਨ ਕਰਾਂਗਾ ਅਤੇ ਲੋੜ ਪੈਣ 'ਤੇ ਬੈਂਸ ਸਾਹਿਬ ਦਾ ਵੀ ਅਸੀਂ ਸਹਿਯੋਗ ਲੈ ਕੇ ਉਹ ਕੰਮਾਂ ਨੂੰ ਨੇਪਰੇ ਚਾੜਾਂਗੇ ਜਿਹੜੇ ਜਿਹੜੇ ਕੰਮ ਭਾਈ ਸਾਹਿਬ ਸਾਡੇ ਕੋਲ ਲੈ ਕੇ ਆਉਣਗੇ। ਆਪਣੇ ਤੌਰ 'ਤੇ ਇਸ ਇਲਾਕੇ ਦੇ ਜਿੰਨਾ ਪ੍ਰਸ਼ਾਸਨ ਹੈ ਉਹ ਪ੍ਰਸ਼ਾਸਨ ਤੱਕ ਵੀ ਅਸੀਂ ਇਹਨਾਂ ਦਾ ਨਾਮ ਜਿਹੜਾ ਪਹੁੰਚਾਵਾਂਗੇ ਤਾਂ ਕਿ ਇਹ ਸਮਾਜ ਭਲਾਈ ਦੇ ਕੰਮ ਵੱਧ ਚੜ੍ਹ ਕੇ ਅੱਗੇ ਦੇ ਨਾਲੋਂ ਜ਼ਿਆਦਾ ਕਰਦੇ ਰਹਿਣ।